ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦਾ ਫਤਿਹ। ਜਿਵੇਂ ਤੁਹਾਨੂੰ ਪਤਾ ਹੀ, ਆਪਣਾ ਪੰਜਾਬੀ ਵੈਰੀਅਸ ਸਪੋਰਟਸ ਕਲੱਬ ਚੱਲ ਰਿਹਾ ਹੰਬੋਰ ਦੇ ਵਿੱਚ, ਅਤੇ ਆਪਣੇ ਦੁਆਰਾ ਟੂਰਨਾਮੈਂਟ ਕਰਵਾਈ ਜਾ ਰਹੇ ਆ, ਅਤੇ ਨਾਲ ਨਾਲ ਜੋ ਵੀ ਆ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਆ। ਅੱਜ ਸਾਡਾ ਮੁਕਤਸਰ ਦੇ ਵਿੱਚ ਟੂਰਨਾਮੈਂਟ ਸੀਗਾ, ਅਤੇ ਟੂਰਨਾਮੈਂਟ ਤੋਂ ਅਸੀਂ ਜਾ ਰਹੇ ਸੀ, ਰਸਤੇ ਦੇ ਵਿੱਚ ਸਾਨੂੰ ਫੋਨ ਆਇਆ ਕਿਸੇ ਦਾ ਵੀ ਐਂ ਕਿ ਲੋੜਵੰਦ ਪਰਿਵਾਰ ਆ, ਉਹਨਾਂ ਦੀ ਮਦਦ ਕਰਨੀ ਆ। ਅਤੇ ਸਾਨੂੰ ਅੱਜ ਸਭ ਤੋਂ ਵੱਡੀ ਖੁਸ਼ੀ ਇਹ ਆ ਕਿ ਸਾਡੇ ਨਾਲ ਜਗੀਰ ਸਿੰਘ, ਜੋ ਕਿ ਗੁਰਚਰਨ ਸਿੰਘ ਓਲੰਪੀਅਨ ਬੋਕਸਰ ਆ, ਜੋ ਕਿ ਪੰਜਾਬ ਦੇ ਬਹੁਤ ਤਕੜੇ ਬੋਕਸਰ ਰਹੇ ਆ, ਦੋ ਵਾਰੀ ਓਲੰਪਿਕ ਖੇਡੇ ਆ US ਦੇ ਵਿੱਚ ਆ, ਉਹਨਾਂ ਦੇ ਫਾਦਰ ਆ ਜਗੀਰ ਸਿੰਘ। ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਇਹ ਕਰਕੇ ਪਰਿਵਾਰ ਗਰੀਬ ਆ ਲੋੜਵੰਦ ਆ, ਇਹਨਾਂ ਨੇ ਸਾਨੂੰ ਇਹਨਾਂ ਨੇ ਲੁਧਿਆਣੇ ਆਉਣਾ ਸੀਗਾ, ਲੁਧਿਆਣੇ ਨਹੀਂ ਗਏ ਕਿ ਪਹਿਲਾਂ ਕਹਿੰਦੇ ਉੱਧਰ ਜਾਣਾ ਆਪਾਂ ਮਦਦ ਕਰਕੇ, ਜੋ ਵੀ ਉਹਨਾਂ ਨੂੰ ਸਮਾਨ ਚਾਹੀਦਾ ਉਸ ਤੋਂ ਬਾਅਦ ਲੁਧਿਆਣੇ ਆਵਾਂਗੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਅਤੇ ਸਾਡੇ ਕਲੱਬ ਵੱਲੋਂ ਅਤੇ ਆਪਣੇ ਆ ਭਾਅ ਜੀ ਜਗੀਰ ਸਿੰਘ ਵੱਲੋਂ ਅਤੇ ਆਪਣੇ ਗੁਰਚਰਨ ਭਾਈ ਉਹਨਾਂ ਵੱਲੋਂ ਸਾਡੇ ਵੱਲੋਂ ਛੋਟੀ ਜਿਹੀ ਸੇਵਾ ਜੀ, ਅਤੇ ਜੋ ਕਿ ਇਹਨਾਂ ਲੋੜਵੰਦ ਸਮਾਨ ਆ ਸਮਾਨ ਦੇ ਕੇ ਚੱਲੇ ਆ ਜੀ। ਅਤੇ ਇਹਨਾਂ ਦਾ ਜੋ ਕਿ ਬਾਰਿਸ਼ ਹੋਣ ਕਰਕੇ ਛੱਤ ਗਿਰ ਗਈ ਸੀਗੀ, ਅਤੇ ਉਹ ਸਾਡੇ ਵੱਲੋਂ ਜਿੰਨੀ ਮਾਲੀ ਸਹਾਇਤਾ ਹੋ ਰਹੀ ਅਸੀਂ ਦੇ ਕੇ ਜਾ ਰਹੇ ਹਾਂ। ਤੁਸੀਂ ਵੱਧ ਤੋਂ ਵੱਧ ਜਿਵੇਂ ਅਸੀਂ ਵੀਡੀਓ ਪਾ ਰਹੇ ਹਾਂ, ਜੋ ਵੀ ਆ ਇਹਨਾਂ ਦਾ ਅਸੀਂ ਨੰਬਰ ਵਗੈਰਾ ਪਾਵਾਂਗੇ, ਤੁਸੀਂ ਵੀ ਨਾਲ ਜਿੰਨੀ ਮਦਦ ਤੁਸੀਂ ਕਰੋ। ਮਾਤਾ ਹੈ ਇਹਨਾਂ ਦੀ, ਮਤਲਬ ਲੱਤਾਂ ਤੋਂ, ਲੱਤਾਂ ਕਿਵੇਂ ਕੀ ਹੈ ਜੀ, ਤੁਰਿਆ ਨਹੀਂ ਜਾਂਦਾ, ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਜੀ। ਇਹ ਇਹਨਾਂ ਦੇ ਘਰੋਂ ਆ ਜੀ, ਇਹਨਾਂ ਦੇ ਅੱਖਾਂ 'ਚ ਲੰਜ ਪਿਆ, ਕੰਮ ਨਹੀਂ ਹੁੰਦਾ ਇਹਨਾਂ ਤੋਂ, ਘਰ ਦੇ ਵਿੱਚ ਹੋਰ ਕੋਈ ਨਹੀਂ ਹੈ, ਹੈ ਨਾ, ਹੋਰ ਘਰ ਦੇ ਵਿੱਚ ਕੋਈ ਹੈ ਨਹੀਂ ਆ, ਬੱਚਾ ਕੋਈ ਹੈ ਨਹੀਂ ਆ ਜੀ। ਅਤੇ ਤੁਸੀਂ ਵੀ ਹੈ ਨਾ, ਜੋ ਹੋ ਸਕੇ ਇਹਨਾਂ ਦੀ ਮਦਦ ਜ਼ਰੂਰ ਕਰੋ, ਜਿੰਨੀ ਸਾਡੇ ਕੋਲੋਂ ਹੁੰਦੀ ਆ ਦੇ ਕੇ ਜਾਂਦੇ ਹਾਂ। ਅੱਜ ਗੁਰਚਰਨ ਦੇ ਇਹ ਪਾਪਾ ਜੀ ਆਏ ਆ, ਉਹਨਾਂ ਵੱਲੋਂ ਜੋ ਵੀ ਇਹਨਾਂ ਨੂੰ ਸੇਵਾ ਦਿੱਤੀ ਜਾਊਗੀ ਦੇ ਕੇ ਜਾਂਦੇ ਆ। ਅਤੇ ਇਹ ਸਾਡੇ ਵੱਲੋਂ ਛੋਟੀ ਜਿਹੀ ਸੇਵਾ ਹੈ ਜੀ, ਅਤੇ ਇਹ ਸਾਡੇ ਵੱਲੋਂ ਜੋ ਵੀ ਤੁਹਾਡਾ ਸਮਾਨ ਸਾਨੂੰ ਹੋਰ ਵੀ ਲੋੜ ਹੋਇਆ ਕਰੂਗੀ, ਸਾਨੂੰ ਅਸੀਂ ਪਹੁੰਚਿਆ ਕਰਾਂਗੇ। ਅਤੇ ਜਿਹੜਾ ਇਹਨਾਂ ਦਾ ਛੱਤ ਦਾ ਅਸੀਂ ਜੋ ਵੀ ਤਰਪਾਲ ਵਗੈਰਾ ਇਹਨਾਂ ਦੀ ਉਹ ਪਵਾ ਕੇ ਦੇਵਾਂਗੇ। ਅਸੀਂ ਰਸਤੇ 'ਚ ਆ ਰਹੇ, ਸਾਨੂੰ ਜਿਵੇਂ ਪਤਾ ਲੱਗਿਆ ਪਹੁੰਚੇ ਅਸੀਂ, ਪਰ ਅਸੀਂ ਇਹ ਨਹੀਂ ਵੀ ਅੱਜ ਆ ਗਏ, ਅਸੀਂ ਹੋਰ ਵੀ ਤੁਹਾਡੀ ਜੋ ਮਦਦ ਹੋਈ ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ, ਜੋ ਵੀ ਇਹਨਾਂ ਨੂੰ ਕੋਈ ਹੈਲਪ ਦੀ ਲੋੜ ਹੋਈ ਅਸੀਂ ਕਰਿਆ ਕਰਾਂਗੇ। ਸਾਰਿਆਂ ਧੰਨਵਾਦ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।